بسم اللہ الرحمن الرحیم ਤੇ ਅਸਲਾਮ ਵਾਲੇਕਮ ਅੱਜ ਦੇ ਪੰਜਾਬੀ ਵੀਲੌਗ ਚ ਸਜਣਾ ਮਿੱਤਰਾਂ ਭੈਣਾ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਅੱਜ ਦੀ ਗੱਲ ਹੈ ਟਿਕਟੋਕਰ ਕੁੜੀਆਂ ਤੇ ਪਿੰਡ ਦਾ ਚੌਧਰੀ ਟਾਪਿਕ ਸੁਣ ਕੇ ਤੁਹਾਨੂੰ ਲੱਗਦਾ ਹੋਏਗਾ ਕਿ ਕੋਈ ਹਾਸੇ ਮਖੌਲ ਵਾਲੀ ਗੱਲ ਹੈ ਵੈਸੇ ਤੇ ਅੱਜ ਕੱਲ੍ਹ ਹਰ ਗੱਲ ਚੋਂ ਹੀ ਹਾਸਾ ਮਖੌਲ ਨਿਕਲਦਾ ਹੁੰਦਾ ਪਰ ਇਸ ਗੱਲ ਦੇ ਵਿੱਚ ਬੜਾ ਸਾਰਾ ਹਿਰਖ ਹੈ ਪੀੜ ਹੈ ਦੁੱਖ ਹੈ ਤਕਲੀਫ ਹੈ ਪੂਰੀ ਗੱਲ ਸੁਣੋਗੇ ਤੇ ਸਮਝ ਆਏਗੀ ਪਹਿਲਾਂ ਗੱਲ ਕਰਾਂਗੇ ਟਿਕਟੋਕਰ ਕੁੜੀਆਂ ਦੀ ਤੇ ਫੇਰ ਆਵਾਂਗੇ ਪਿੰਡ ਦੇ ਚੌਧਰੀ ਦੇ ਸਿਆਪਿਆਂ ਵਾਲੇ ਪਾਸੇ ਪਾਕਿਸਤਾਨ ਇਸ ਵੇਲੇ ਦੁਨੀਆ ਦਾ 5ਵਾਂ ਵੱਡਾ ਮੁਲਕ ਹੈ ਆਬਾਦੀ ਦੇ لحاظ ਨਾਲ ਤੇ ਉਸ ਆਬਾਦੀ ਦੀ ਕੋਈ 60-65% ਆਬਾਦੀ ਜਿਹੜੀ ਹੈ 65% ਦੇ ਕਰੀਬ ਉਹ ਪੰਜਾਬ 'ਚ ਰਹਿੰਦੀ ਹੈ ਦੁਨੀਆ 'ਚ ਬੜੇ ਸਾਰੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ ਪੰਜਾਬ ਤੋਂ ਘੱਟ ਹੈ ਤੇ ਇਹ ਜਿਹੜਾ ਪਾਕਿਸਤਾਨ ਦੀ 60-65% ਆਬਾਦੀ ਦਾ ਸੂਬਾ ਪੰਜਾਬ ਇਹ ਅੱਜ ਕੱਲ ਸਾਡੀਆਂ ਉਹਨਾਂ ਭੈਣਾਂ ਦੇ ਹੱਥੀ ਚੜ੍ਹਿਆ ਆ ਜਿਨ੍ਹਾਂ ਨੂੰ ਸਾਰੇ ਟਿਕਟੋਕਰ ਕੁੜੀਆਂ ਆਖਦੇ ਨੇ ਐ ਤੇ ਸਾਡੀਆਂ ਭੈਣਾਂ ਨੇ ਪਰ ਕਰੀਏ ਕੀ ਉਹ ਸੂਬੇ ਨੂੰ ਇੰਝ ਹੀ ਚਲਾ ਰਹੀਆਂ ਨੇ ਜਿਵੇਂ ਟਿਕਟੋਕ ਦਾ ਅਕਾਊਂਟ ਚਲਾਈਦਾ ਹਰ ਵੇਲੇ ਲਾਈਟ ਕੈਮਰਾ ਐਕਸ਼ਨ ਥਾ ਇਹ ਹੀ ਕੰਮ ਚੱਲਣ ਡਿਆ ਪਹਿਲਾਂ ਇਹ ਕੰਮ ਪਾਕਿਸਤਾਨ 'ਚ ਚੱਲਣ ਡਿਆ ਸੀ ਉਹ ਸਾਡੀ ਵੱਡੀ ਬਾਜੀ ਜਿਹੜੀ ਹੈ ਬਾਜੀ ਮਰੀਮ ਨਵਾਜ਼ ਉਹ ਹਰ ਪਾਸੇ ਹੀ ਕੈਮਰਾ ਤੇ ਫੋਟੋਗ੍ਰਾਫਰ ਤੇ ਲੈ ਕੇ ਲੋਕਾਂ ਦੇ ਘਰ ਜਾਵੜੀ ਆਉਂਦੀ ਸੀ ਜਿਹੜੀਆਂ ਜ਼ਰਾਨੀਆਂ ਆਪਣਾ ਮੂੰਹ ਵਿਖਾਉਣਾ ਚਾਹੁੰਦੀਆਂ ਨੇ ਕੈਮਰੇ ਤੇ ਉਹ ਵੀ ਤੇ ਜਿਹੜੀਆਂ ਨਹੀਂ ਵਿਖਾਉਂਦੀਆਂ ਉਹ ਵੀ ਧੱਕੇ ਨਾਲ ਹੀ ਜਿਹੜਾ ਉਹਨਾਂ ਨੂੰ ਕੈਮਰੇ ਦੇ ਵਿੱਚ ਉਹਨਾਂ ਦੀਆਂ ਫਿਲਮਾਂ ਬਣਾ ਬਣਾ ਤੇ ਛੱਡੀ ਆਉਂਦੀ ਸੀ ਹਰ ਪਾਸੇ ਬਾਜੀ ਕਿਤੇ ਗੁੱਥੀ ਦਿੰਦੀ ਸੀ ਆਟੇ ਦੀ ਤੇ ਕਿਤੇ ਨਹੀਂ ਸੀ ਦਿੰਦੀ ਪਰ ਤਸਵੀਰ ਹਰ ਥਾਂ ਦੇ ਬਾਜੀ ਖਿਜਵਾਉਂਦੀ ਸੀ ਕੋਟਕੋਟ ਬਾਜੀ ਨੇ ਇੰਜ ਜਫੀਆਂ ਪਾਈਆਂ ਨੇ ਪੰਜਾਬ ਦੀਆਂ ਸਾਰੀਆਂ ਜਨਾਨੀਆਂ ਨੂੰ ਜਿਹੜੀ ਜਿਹੜੀ ਟੱਕਰ ਗਈ ਬਾਜੀ ਨੂੰ ਐਡੇ ਜ਼ੋਰ ਨਾਲ ਤੇ ਚੇਤ ਨਾਲ ਬਾਜੀ ਨੇ ਕਦੀ ਆਪਣੇ ਯਾਨਿਆਂ ਨੂੰ ਜਫੀ ਨਹੀਂ ਲਾਈ ਹੋਣੀ ਜਿਸ ਤਰ੍ਹਾਂ ਸਾਡੀ ਭੈਣ ਨੇ ਪੰਜਾਬ ਦੀ ਜਿਹੜੀ ਜਨਾਨੀ ਕਿਤੇ ਟੱਕਰ ਗਈ ਉਹਨੂੰ ਜਫੀ ਲਾਈ ਤੇ ਨਾਲ ਤਸਵੀਰ ਖਿੱਚਵਾਈ ਹੈ ਬਾਜੀ ਨੂੰ ਕਿਸੇ ਦੱਸਿਆ ਸੀ ਵੀ ਜੇ ਦੋ ਮਹੀਨਿਆਂ 'ਚ ਤੂੰ ਇਮਰਾਨ ਖਾਨ ਨਾ ਬਣੀ ਤੇ ਕੰਮ ਖਰਾਬ ਹੋ ਜਾਣਾ ਤੇ ਬਾਜੀ ਬਰਪੂਰ ਕੋਸ਼ਿਸ਼ ਕਰਨ ਲਈ ਹੈ ਹਜੇ 2 ਮਹੀਨੇ ਤੇ ਪੂਰੇ ਤਕਰੀਬਨ ਨਹੀਂ ਹੋਏ ਥੋੜੇ ਦਿਨ ਰਹਿੰਦੇ ਨੇ ਅਲੈਕਸ਼ਨ ਨੂੰ ਤੇ 2 ਮਹੀਨੇ ਹੋ ਹੀ ਗਏ ਨੇ ਪਰ ਬਾਜੀ ਨੂੰ ਤੇ ਥੀਫ ਮਿਨਿਸਟਰ ਬਣਿਆ 2 ਮਹੀਨੇ ਨਹੀਂ ਹੋਏ ਮਰਹਾਲ ਦੋ ਮਹੀਨਿਆਂ ਤੱਕ ਬਾਜੀ ਕੱਡ ਕੜਾਕੇ ਦੇਗੀ ਪੰਜਾਬ ਪੂਰੇ ਦੇ ਇਹ ਮੈਨੂੰ ਇਹ ਲੱਗਦਾ ਕਿ ਪੰਜਾਬ ਪੂਰੇ ਦੀ ਬੈਟਰੀ ਮੁੱਕਣੀ ਹੈ ਤੇ ਫੇਰੀ ਜਾਨ ਛੁੱਟਣੀ ਹੈ ਜਿਵੇਂ ਟਿਕਟਾਕ ਅਕਾਊਂਟ ਮਤਲਬ ਕਿ ਮੋਬਾਈਲ ਫੋਨ ਦੀ ਬੈਟਰੀ ਮੁੱਕੇ ਤੇ ਫੇਰੀ ਕੰਮ ਬਣਦਾ ਬਹਰਲੇ ਟਿਕਟਾਕ ਦਾ ਜਿਹੜਾ ਕੰਮ ਸੀ ਇਹ ਪਹਿਲਾਂ ਦੇ ਪਾਕਿਸਤਾਨ 'ਚ ਹੀ ਚੱਲਣ ਡਿਆ ਸੀ ਹੁਣ ਸੌਦੀ ਅਰਬ ਵੀ ਪਹੁੰਚ ਗਿਆ ਜੇ ਬਾਜੀ ਉਥੇ ਅਪੜੀ ਹੈ ਤੇ ਤੁਹਾਨੂੰ ਅੰਦਰ ਦੀ ਖਬਰ ਦੇ ਦਿਆਂ ਵੀ 6 ਤੋਂ 8 ਫੋਟੋਗ੍ਰਾਫਰ ਨਾਲ ਲੈ ਕੇ ਗਈ ਹੈ ਬਾਜੀ ਉਹਨਾਂ ਦਾ ਕੰਮ ਹੈ ਵੀ ਹਰ ਮرحله ਤੇ ਐਸੇ-ਐਸੇ ਐਂਗਲਾਂ ਤੋਂ ਤਸਵੀਰਾਂ ਬਣਾਉਣੀਆਂ ਨੇ ਕਿ ਬਾਜੀ ਉਹਨ ਕੋਈ ਮਜ਼ਬੀ ਪੇਸ਼ਵਾ ਵੀ ਲੱਗੇ ਅੱਗੇ ਤੇ ਕੰਮ ਇੱਥੇ ਲੀਡਰੀ ਕਰਨ ਤੱਕ ਸੀ ਨਾ ਤੇ ਹੁਣ ਜਰਾ ਮੈਂ ਇਹ ਇਤਲਾ ਦੇ ਦਿਆਂ ਇਹ ਵੱਡੇ-ਵੱਡੇ ਮੰਨੇ ਪਰਮੰਨੇ ਮੌਲਵੀ ਸਾਬਾਨ ਨੇ ਨਾ ਜਿਨ੍ਹਾਂ ਦਾ ਆਪਣਾ ਮੇਰਾ ਮਤਲਬ ਰਮਜ਼ਾਨ ਸੀਜ਼ਨ ਹੁੰਦਾ ਰਮਜ਼ਾਨ ਦੇ ਵਿੱਚ ਲੋਕੀ ਉਹਨਾਂ ਦੀ ਗੱਲਬਾਤ ਸੁਣਦੇ ਨੇ ਉਹ ਵੀ ਹੁਣ ਭਾਈ ਚਪੀਟਵੱਟੀ ਬੈਠੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਬਾਜੀ ਨੇ ਅਗਲਾ ਕੰਮ ਉਹਨਾਂ ਦੇ ਧੰਦੇ ਤੇ ਪਾਉਣਾ ਹੈ ਮੈਨੂੰ ਤੇ ਇਹ ਲੱਗਦਾ ਵੀ ਅਗਲੇ ਸਾਲ ਤੋਂ ਬਾਜੀ ਨੇ ਆਖਣਾ ਵੀ ਜਿਹੜੀ ਰਮਜ਼ਾਨ ਟਰਾਂਸਮਿਸ਼ਨ ਉਹਦੇ 'ਚ ਵੀ ਮੈਂ ਬਹਿਣਾ ਹੈ ਬਾਜੀ ਨੇ ਹੁਣ ਤਕਾਜ਼ਾ ਇਹ ਕਰਨਾ ਹੈ ਕਿ ਮੇਰੇ ਹੱਥ ਤੇ ਬੈਤ ਕਰੋ ਤੇ ਮੈਂ ਜਿਹੜਾ ਨਾ ਤੁਹਾਨੂੰ ਦਰਸਵੀਂ ਦਿਆ ਕਰਨਾ ਕਿਉਂਕਿ ਅੱਗੇ ਜਿਹੋ ਜਿਹੀਆਂ ਟਿਕਟੌਕ ਬਣਦੀਆਂ ਸੀ ਤੇ ਹੁਣ ਜਿਹੋ ਜਿਆ ਉਹਦੇ ਉੱਤੇ ਜਿਹੋ ਜਿਆ ਨਾਤਾ ਸ਼ਾਤਾ ਲਾ ਕੇ ਤੇ ਬਾਜੀ ਜਿਹੋ ਜੀਆਂ ਫਿਲਮਾਂ ਛੱਡ ਰਹੀ ਹੈ ਉਤੋਂ ਤੇ ਜਿਸ ਤਰੀਕੇ ਨਾਲ ਬਾਜੀ ਉਥੇ ਵਜਤ ਦੇ ਵਿੱਚ ਬਹਿ ਕੇ ਤੇ ਤਸਵੀਰਾਂ ਤੇ ਸਾਰੀਆਂ ਫਿਲਮਾਂ ਉਥੋਂ ਬਣ ਰਹੀਆਂ ਨੇ ਤੇ ਟਿਕਟਾਕ ਤੇ ਚੜ ਰਹੀਆਂ ਨੇ ਉਥੋਂ ਮੈਨੂੰ ਲੱਗਦਾ ਵੀ ਮੌਲਾਣਾ ਤਾਰਿਕ ਜਮੀਲ ਸਾਹਿਬ ਦਾ ਕੰਮ ਵੀ ਖਤਰੇ 'ਚ ਹੈ ਬਾਜੀ ਨੇ ਹੁਣ ਉਹਨਾਂ ਦੀ ਗੱਦੀ ਸਾੰਭਣੀ ਹੈ ਜੇ ਉਹਨਾਂ ਦੀ ਨਹੀਂ ਤੇ ਕਿਸੇ ਹੋਰ ਦੀ ਗੱਦੀ ਤੇ ਉਹਨਾਂ ਨੇ ਅੱਖ ਰੱਖੀ ਹੋਣੀ ਹੁਣ ਰੱਬ ਹੀ ਖੈਰ ਕਰੇ ਜਿਹੜੇ امام ਕਾਬਾ ਸਾਹਿਬ ਨੇ ਉਹ ਬਚਣ ਵੀ ਉਹਨਾਂ ਦੇ ਨਾਲ ਕਿਤੇ ਉਹਨਾਂ ਦਾ ਜਿਹੜਾ ਕੰਮਕਾਰ ਹੈ ਮਤਲਬ ਕਿ ਉਹਨਾਂ ਦੇ ਕੰਮ ਦੇ ਉੱਤੇ ਕਿਤੇ ਅੱਖ ਨਾ ਰੱਖੀ ਹੋਵੇ ਪੀ ਉੱਥੇ ਕੋ ਆਪਣਾ ਹੀ ਬੰਦਾ ਲਾ ਦੀ ਆਰਥਾਂ ਦੇ ਆਪਣਾ ਬੰਦਾ ਲਾਈ ਜਾਂਦੇ ਨੇ ਜੀ ਕਰੇ ਉੱਤੇ ਵੀ ਆਪਣਾ ਬੰਦਾ ਹੀ ਠੋਕਣ ਨੂੰ ਫਿਰੇ ਨੇ ਪਰ ਲਈ ਗੱਲ ਤੇ ਹੈ ਹੀ ਐਸੀ ਕਿਉਂਕਿ ਹੁਣ ਪੂਰੀ ਹਕੂਮਤ ਹੀ ਟਿਕਟਾਕ ਤੇ ਪਾਤੀ ਹੈ ਪੰਜਾਬ ਦੀ ਤੇ ਜਿੰਨੀਆਂ ਸਾਡੀਆਂ ਬਾਜ਼ੀਆਂ ਨੇ ਨਾ ਉਹ ਹੁਣਾਂ ਦੀਆਂ ਨੇ ਗੱਲ ਨਹੀਂ ਕਰੋ ਪਹਿਲਾਂ ਹੁੰਦਾ ਸੀ ਟੱਚ ਮੀ ਨਾਟ ਹੁਣ ਗੱਲ ਮੀ ਨਾਟ ਮਤਲਬ ਕਿ ਮੇਰੇ ਨਾਲ ਗੱਲ ਨਾ ਕਰੋ ਖਿੱਚਣੀ ਹੈ ਤਾਂ ਫੋਟੋ ਖਿੱਚੋ ਬਸ ਐ ਜ਼ਰਾ ਵੇਖੋ ਸਾਡੀ ਭੈਣ ਇੱਕ ਹੋਰ ਬਾਜੀ ਦੀ ਬੜੀ ਕਰੀਬੀ ਜਿਹੜੀ ਇਹ ਵੀ ਟਿਕਟਾਕ ਦੀ ਸਹੇਲੀ ਹੈ ਇਹਨੂੰ ਕਿਸੇ ਆਖਿਆ ਵੀ ਬਾਜੀ ਮੈਂ ਤੇਰੇ ਕੋਲ ਸਵਾਲ ਪੁੱਛਣਾ ਐ ਐਮ ਪੀ ਐ ਹੈ ਮੈਂਬਰ ਪ੍ਰੋਵਿੰਸ਼ਲ ਅਸੈਂਬਲੀ ਹੈ ਤੇਰੇ ਕੋਲੋਂ ਕੋ ਸਵਾਲ ਪੁੱਛਣਾ ਉਹਨੇ ਕਿਹਾ ਨਾ ਗੱਲ ਵੀ ਨਾਟ ਤਸਵੀਰ ਖਿੱਚਵੇ ਬਸ਼ੀਰਿਆ ਉਹਨਾਂ ਨੇ ਜਨਾਬੇ ਵਾਲਾ ਸਿੱਧਾ ਆਖਿਆ ਵੀ ਤਸਵੀਰ ਖਿੱਚ ਪੁੱਤਰ ਜੀ ਖਿਚਣੀ ਹੈ ਇਹ ਕੰਮ ਉਹਨਾਂ ਤਸਵੀਰਾਂ ਤੇ ਹੀ ਹੈ ਹੁਣ ਗੱਲਬਾਤ ਨਹੀਂ ਹੋ ਸਕਦੀ ਕੋਈ ਵੀ ਇਹ ਗਾ ਤੁਸੀਂ ਵੇਖਣਾ ਵੀ ਇਹ ਇਹਨਾਂ ਨੇ ਕਿਸੇ ਬੰਦੇ ਨਾਲ ਵੇਖ ਕੇ ਗੱਲ ਹੀ ਨਹੀਂ ਕਰਨੀ ਬਲਕਿ ਸਿਰਫ ਤਸਵੀਰ ਖਿੱਚਵਾ ਕੇ ਅੱਗੇ ਨਿਕਲ ਜਾਣਾ ਐ ਆ ਜਰਾ ਵੀਡੀਓ ਵੇਖੋ ਤੁਹਾਨੂੰ ਸਾਰੀ ਸਮਝ ਆ ਜਾਏਗੀ ਸਲਾਮ ਅਲੈਕੁਮ ਹਿਨਾ ਸਾਹਿਬ ਮੈਂ ਇਸ ਹਲਕੇ ਦਾ ਵੋਟਰ ਹਾਂ ਇੱਕ ਪੈਸਨ ਹੈ ਅਗਰ ਆਪ ਮਾਈਂਡ ਨਾ ਕਰਦੇ ਬੁਲਾਓ ਇੱਕ ਮੁਖਤਸਰ 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 ਆਪਕੀ ਲੀਡਰ ਆਪਕੀ ਲੀਡਰ ਹੈ ਬਾਤ ਕਰੇ ਨਾ ਆਪਕੀ ਲੀਡਰ ਨੇ ਕੀ ਕੀ ਇਮਰਾਨ ਨਹੀਂ ਨਹੀਂ ਇਮਰਾਨ ਖਾਨ ਤਾਂ ਮੇਰੇ ਮੈਨੇ ਕਬ ਕੰਮ ਕਰਿਆ ਲੀਡਰ ਹੈ ਯਾਰ ਇਸ ਤਰ੍ਹਾਂ ਮੈਡਮ ਵੇਖ ਲਿਆ ਜੇ ਵੀ ਗੱਲ ਵੀ ਨਾਟ ਹੁਣ ਜਿਹੜਾ ਹੈ ਨਾ ਸਿਰਫ ਤਸਵੀਰ ਖਿੱਚੀ ਜਾ ਸਕਦੀ ਹੈ ਬਾਰਲ ਇਹ ਤੇ ਹੋ ਗਿਆ ਇੱਕ ਪਾਸੇ ਦੀ ਸਟੋਰੀ ਵੀ ਜਿੱਥੇ ਫੈਸ਼ਨ ਹੈ ਬਾਜੀ ਤੁਸੀਂ ਸਾਡੀ ਦੇ ਦੇਖਿਆ ਐਡੇ ਐਡੇ ਮੋٹے ਹੀਰੇ ਪਾਏ ਨੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਬੇਰ ਲੱਭਦੇ ਸਨ ਨਾ ਤੇ ਉਹ ਓੜੇ ਓੜੇ ਮੋٹے ਬਾਜੀ ਨੇ ਹੀਰੇ ਪਾਏ ਨੇ ਪਤਾ ਨਹੀਂ ਕਿੱਥੋਂ ਲਏ ਨੇ ਇਹ ਵੀ ਕਿਤੇ ਮੇਰਾ ਮਤਲਬ ਹੈ ਲੰਡਨ ਤੋਂ ਕਿ ਆਪ ਪਾਕਿਸਤਾਨ ਵਿੱਚ ਵੀ ਪ੍ਰਾਪਰਟੀ ਕੋਈ ਨਹੀਂ ਤੇ ਪਤਾ ਨਹੀਂ ਕਿਤਰੀ ਊਂਠਾਂ ਦੇ ਰੱਖ ਕੇ ਪੈਸੇ ਕੱਲੇ ਸਨ ਤੇ ਕੈਲਬਰੀ ਫੌਂਡ ਤੇ ਇਹ ਹੀਰੇ ਐਡੇ ਐਡੇ ਜਿਹੜੇ ਨਾ ਬਾਜੀ ਦੇ ਬਾਜੀ ਦੀ ਕਿਸਮਤ ਚ ਕਰੇ ਬਸ ਅਸੀਂ ਇਹੀ ਗੱਲ ਦੱਸਿਆ ਕਿ ਉੱਥੇ ਜਿੱਥੇ ਬਾਜੀ ਗਈ ਹੈ ਨਾ ਉਹ پارک ਜ਼ਮੀਨ ਹੈ ਉੱਥੇ ਵਾਦਤ ਕਰੇ ਕਿਹੜੇ ਕੰਮਾਂ ਨੂੰ ਭੈਣ ਸਾਡੀ ਪਈ ਹੈ ਚਲੋ ਉਹਦੀ ਮਰਜ਼ੀ ਉਹ ਜਾਣੇ ਤੇ ਉਹਦਾ ਰੱਬ ਜਾਣੇ ਲੇਕਿਨ ਗੱਲ ਇਹ ਹੈ ਕਿ ਇਹ ਜਿਹੜਾ ਟਿਕਟੌਕ ਦੇ ਪਾਸੇ ਲਾਇਆ ਦੂਜੇ ਪਾਸੇ ਪਿੰਡ ਦੇ ਚੌਧਰੀ ਦਾ ਸਿਆਪਾ ਦਸੀਏ ਤੁਹਾਨੂੰ ਕਿ ਇਹ ਵਿਸਾਖੀ ਦਾ ਮਹੀਨਾ ਆਉਣ ਵਾਲਾ ਤੇ ਵਿਸਾਖੀ ਦੇ ਵਿੱਚ ਪਿੰਡ ਦੇ ਚੌਧਰੀ ਜੱਟ ਰਜਪੂਤ ਗੁਜਰ ਰਾਈ ਆਕੜੇ ਫਿਰਦੇ ਨੇ ਆਕੜੇ ਕਿਉਂ ਫਿਰਦੇ ਨੇ ਵੀ ਕਣਕ ਆਈ ਹੁੰਦੀ ਐਵੇਂ ਲੜਦੇ ਫਿਰਦੇ ਨੇ ਹਰ ਬੰਦੇ ਨਾਲ ਤੁਸੀਂ ਅਗਰ ਪੰਜਾਬ ਦੀ ਵੈਸੇ ਬਜ਼ੁਰਗਾਂ ਨੂੰ ਤੇ ਸਾਰਿਆਂ ਨੂੰ ਪਤਾ ਹੈ ਲੇਕਿਨ ਇਹ ਅਜਾਣੇ ਜਿਹੜੇ ਨੇ ਇਹ ਜ਼ਰਾ ਅਗਰ ਡਾਟਾ ਵੇਖਣਾ ਚਾਹੁੰਦੇ ਨੇ ਤੇ ਇਹ ਜ਼ਰਾ ਅਦਾਲਤਾਂ ਦਾ ਡਾਟਾ ਚੁੱਕ ਕੇ ਵੇਖੋ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਇਹ ਅਪ੍ਰੈਲ ਦੇ ਮਹੀਨੇ ਤੋਂ ਬਾਅਦ ਮਤਲਬ ਵਿਸਾਖੀ ਤੋਂ ਬਾਅਦ ਪੂਰੇ ਪੰਜਾਬ 'ਚ ਪਿਛਲੀਆਂ ਕਈਆਂ ਸਦੀਆਂ ਤੋਂ ਜਿਉਂ ਜਦੋਂ ਦੀ ਇਹ ਪੁਲਿਸ ਛੋਲਡਸ ਹੈ ਤੇ ਮੁਕਦਮਿਆਂ ਦਾ ਰਿਕਾਰਡ ਹੈਗਾ ਉਹ ਤੁਹਾਨੂੰ ਪਤਾ ਲੱਗੇਗਾ ਪੀ ਜੇ ਐਂਜ ਲੈਂਡ ਜਾ ਰਹੀ ਹੁੰਦੀ ਹੈ ਨਾ ਮੁਕਦਮਿਆਂ ਦੀ ਪੰਜਾਬ ਜਿੱਤੇ ਇਸ ਮਹੀਨੇ ਚ ਐਂਜ ਹੁੰਦੀ ਹੈ 90 ਦੇ ਜ਼ਾਬੀਏ ਤੇ ਜਾਂਦੀ ਇੱਕ ਵਾਰੀ ਉਹ ਕਿਉਂਕਿ ਨਵੇਂ ਦਾਣੇ ਆਉਂਦੇ ਨੇ ਨਵੇਂ ਦਾਣੇ ਖਾ ਕੇ ਤੇ ਜੱਟਾਂ ਨੂੰ ਫਿਰ ਜਿਹੜੀ ਪਾਣ ਚੜਦੀ ਏ ਇਕੱਲੇ ਜੱਟਾਂ ਨਹੀਂ ਗੁਜਰਾਣਾਂ ਨੂੰ ਵੀ Rajputa ਨੂੰ ਵੀ ਰਾਈਆਂ ਨੂੰ ਵੀ ਮਲਕਾਂ ਨੂੰ ਵੀ ਸਾਰਿਆਂ ਨੂੰ ਜਿਹੜੀ ਪਾਣ ਚੜਦੀ ਹੈ ਨਾ ਤੇ ਲਾਠੀਆਂ ਮੋਢਿਆਂ ਤੇ ਰੱਖ ਕੇ ਫਿਰ ਐਵੇਂ ਲੜਦੇ ਫਿਰਦੇ ਨੇ ਮਤਲਬ ਬੰਦਾ ਅਗੋਂ ਲੜਨਾ ਚਾਵੇ ਨਾ ਚਾਵੇ ਐਵੇਂ ਲੜ ਪੈਂਦੇ ਨੇ ਪਰ ਇਸ ਵਾਰੀ ਜੱਟ ਜਿਹੜੇ ਨੇ ਉਹ ਚਪੀਟਵੱਟੀ ਫਿਰਦੇ ਨੇ ਸਾਰੇ ਜ਼ਿੰਮੇਦਾਰ ਉਹਨਾਂ ਦਾ ਲੜਨ ਦਾ ਪ੍ਰੋਗਰਾਮ ਕੋਈ ਨਹੀਂ ਕਿਉਂਕਿ ਟਿਕਟੋਕਰ ਕੁੜੀਆਂ ਲੜ ਗਈਆਂ ਨੇ ਉਹਨਾਂ ਨੂੰ ਇਹ ਭੈਣਾ ਸਾਡੀਆਂ ਜਿਹੜੀਆਂ ਨੇ ਜਟਾਂ ਦੇ ਵੱਟ ਕੱਢ ਕੇ ਰੱਖ ਦਿੱਤੇ ਨੇ ਸਾਰਿਆਂ ਦੇ ਕੀਤਾ ਕੀ ਆ ਤੁਹਾਡੇ ਸਾਹਮਣੇ ਰੱਖਨੇ ਐਸ ਵੇਲੇ ਕਣਕ ਦਾ ਰੇਟ ਜਿਹੜਾ ਐ ਨਾ ਜੀ ਉਹ 3900 ਰੁਪਏ ਕੱਢਿਆ ਸੀ ਤੇ ਜੱਟਾਂ ਨੂੰ ਲੱਗਦਾ ਸੀ ਜ਼ਿਮੀਦਾਰਾਂ ਨੂੰ ਲੱਗਦਾ ਸੀ ਵੀ ਵੇਚ ਲਾਂਗੇ ਚਲੋ ਕੋਈ 5000 ਤੱਕ ਵਿਕ ਜਾਏਗੀ ਕੋਈ ਨਾ ਕੋਈ ਖਰਚਾ ਪਾਣੀ ਪੂਰਾ ਹੋ ਜਾਏਗਾ ਚਲੋ ਪੂਰਾ ਪੂਰਾ ਨਹੀਂ ਤੇ ਕੋਈ ਥੋੜਾ ਬਹੁਤ ਘਾਟਾ ਪੈਏਗਾ ਐਸ ਵੇਲੇ ਦੀ ਸੂਰਤ ਹਾਲ ਤੁਹਾਨੂੰ ਦੱਸਨੇ ਜਿਹੜੀ ਕਣਕ ਤੇ 10% ਸਿੱਲੀ ਈ ਸਿੱਲੀ ਲੋਕੀ ਸਮਝਦੇ ਨੇ ਜਿਹਦੇ ਵਿੱਚ ਨਮੀ ਹੋਵੇ ਤੇ ਉਹ ਜਿਹੜਾ ਉਹ ਜਿਹੜੀ ਸਿੱਲੀ ਕਣਕ ਹੈ ਉਹ ਵਿਕਣ ਡਈ ਜੇ ਇਸ ਵੇਲੇ 2000 ਤੋਂ 2500 ਰੁਪਏ ਮੰਨ ਆਹੋ ਗਵਰਨਮੈਂਟ ਦਾ ਰੇਟ ਹੈ 3900 ਇਹ ਮੈਂ ਤੁਹਾਨੂੰ ਐਵੇਂ ਨਹੀਂ ਆਂਦਾ ਇਹ ਛੋਟੀ ਜਿਹੀ ਗੱਲ ਸੁਣ ਲਓ ਉੱਥੋਂ ਤੁਹਾਨੂੰ ਪਤਾ ਲੱਗ ਜਾਏ ਮੰਡੀ ਦੇ ਵਿੱਚ ਮੁੰਡਾ ਫਿਰਨ ਡਿਆ ਉੱਥੋਂ ਰੇਟ ਦੱਸਣ ਡਿਆ ਜੇ ਸੁਣੋ ਕੀ ਮਤਲਬ ਰੇਟ ਕੋਈ ਦਿੱਤਾ ਥੋੜਾ ਥੋੜਾ 2600 ਸੁਣ ਲਿਆ ਜੇ ਇਹ ਜਿਹੜੀ ਕਣਕ ਹੈ ਇਹ 2500 2600 ਰੁਪਏ ਜਿਹੜੀ ਹੈ ਨਾ ਉਹ ਵਿਕਣ ਲਈ ਹੈ ਜਿਹੜੇ ਜਿਹਦੇ ਵਿੱਚ ਥੋੜੀ ਜੀ ਸਿੱਲੀ ਹੈ ਜਿਹੜੀ ਤੇ ਜਿਹੜੀ ਸਿੱਲੀ ਨਹੀਂ ਹੈਗੀ ਸਿੱਲੀ ਦਾ ਮਤਲਬ ਗਿੱਲੀ ਜਿਹੜੀ ਸਿੱਲੀ ਨਹੀਂ ਹੈਗੀ ਬਿਲਕੁਲ ਖੁਸ਼ਕ ਹੈ ਉਹ 3200 ਰੁਪਏ ਮੰਨ ਵੇਕਣ ਲਈ ਹੈ ਇਹ ਤਕਰੀਬਨ 700 ਰੁਪਏ ਰੇਟ ਤੋਂ ਘੱਟ ਵਿਕਣ ਲਈ ਹੈ ਜਿਹੜਾ ਸਰਕਾਰ ਨੇ ਰੇਟ ਦਿੱਤਾ ਤੇ ਆੜਤੀਆਂ ਨਾਲ ਜਿਨ੍ਹਾਂ ਨਾਲ ਗੱਲ ਹੋਈ ਉਹਨਾਂ ਆਖਿਆ ਜੀ ਕਿ Eid ਤੋਂ ਬਾਅਦ ਇਹਦਾ ਰੇਟ ਹੋਰ ਥੱਲੇ ਡਿੱਗ ਪੈਣਾ ਹੈ ਅੱਜ ਇਹ ਸੂਰਤ ਹਾਲ ਪਿੰਡਾਂ ਦੇ ਬੰਦਿਆਂ ਦੀ ਐਵੇਂ ਚੌਧਰੀ ਵਾਲੇ ਪਾਸੇ ਬਾਅਦ ਚਾਵਾਂਗੇ ਵੀ ਚਧਰਾਟਾਂ ਤੇ ਰਹਿ ਨਹੀਂ ਜਾਣੀਆਂ ਜੋ ਕਣਕ ਨੇ ਲੰਮਿਆ ਪਾ ਦੇਣਾ ਪਿੰਡਾਂ ਦੇ ਬੰਦਿਆਂ ਨੂੰ ਹੁਣ ਇਸ ਵੇਲੇ ਲੱਕ ਤੋੜ ਦੇਣੇ ਨੇ ਚਧਰਾਟਾਂ ਨਹੀਂ ਰਹਿ ਜਾਣੀਆਂ ਮੈਨੂੰ ਲੱਗਦਾ ਇਹਨਾਂ ਨੂੰ ਹੁਣ ਟਿਕਟਾਕ ਅਕਾਊਂਟ ਚ ਚਲਾਉਣੇ ਪੈਣੇ ਨੇ ਸਾਰਿਆਂ ਨੂੰ ਅੱਛਾ ਜੀ ਹੁਣ ਠੇਕੇ ਨੂੰ ਤਾਂ ਛੱਡੀ ਦਿਓ ਵੀ ਅੱਜ ਕੱਲ ਠੇਕਾ ਕਿੰਨਾ ਚੱਲਣ ਰਿਹਾ ਜੇ ਕਿਸੇ ਮਾੜੇ ਜ਼ਿੰਮੇਦਾਰ ਨੇ ਠੇਕੇ ਤੇ ਲਈ ਉਹਨੂੰ ਤਾਂ ਛੱਡ ਦਿਓ ਜਿਹਦੀ ਆਪਣੀ ਉਹਦੀ ਗੱਲ ਹੀ ਕਰ ਲੈਣੇ ਐ ਇਸ ਵੇਲੇ ਜਿਹੜਾ ਹੈ ਨਾ ਜੀ ਉਹ ਉਮਰਾਨ ਖਾਨ ਦੇ ਜ਼ਮਾਨੇ ਚ 8 ਰੁਪਏ ਦਾ ਬਿਜਲੀ ਦਾ ਯੂਨਿਟ ਸੀ ਇੱਕ ਕਿੰਨੇ ਦਾ 8 ਰੁਪਈਆ ਦਾ ਇਹ ਟਿਊਬਵਲ ਦੇ ਯੂਨਿਟ ਦੀ ਗੱਲ ਕਰਨ ਦੇ ਤੇ ਘਰਾਂ ਦਾ ਯੂਨਿਟ ਉਸ ਵੇਲੇ 12 14 ਰੁਪਏ ਤੱਕ ਸੀ ਵੱਧ ਤੋਂ ਵੱਧ ਐਸ ਵੇਲੇ ਘਰਾਂ ਦਾ ਯੂਨਿਟ 75 ਰੁਪਈਆ ਦਾ ਹੈ ਇਹ ਮੈਂ ਤੁਹਾਨੂੰ ਪਿਛਲੀਆਂ ਗਰਮੀਆਂ ਦਾ ਰੇਟ ਦੱਸਿਆ ਇਸ ਗਰਮੀਆਂ ਦੇ ਵਿੱਚ 100 ਨੂੰ ਟੱਪ ਜਾਏਗਾ ਇਹ ਪਿਛਲੀਆਂ ਗਰਮੀਆਂ 'ਚ 75 ਰੁਪਈਆ ਦਾ ਸੀ ਟਿਊਬਲ ਦਾ ਯੂਨਿਟ ਜਿਹੜਾ ਨਾ ਓਪਜਾਰ ਰੁਪਈਏ ਦਾ ਸੀ ਜਿਹਦੇ ਵਿੱਚ ਕਣਕ ਨੂੰ ਪਾਲੀ ਸ਼ਾਣੀ ਲਾਇਆ ਮੈਂ ਉਹ ਰੇਟ ਦੀ ਗੱਲ ਕਰਨ ਡਿਆ ਅੱਜ ਦੇ ਰੇਟ ਦੀ ਗੱਲ ਨਹੀਂ ਕਰਨ ਡਿਆ 50 ਰੁਪਈਏ 88 ਰੁਪਈਆ ਤੋਂ ਯੂਨਿਟ ਕਿੰਨਾ ਹੋਇਆ 50 ਰੁਪਈਏ ਤੇ ਕਣਕ ਦਾ ਰੇਟ ਓ ਹੀ ਜੇ ਉਸ ਤੋਂ ਬਾਅਦ ਇਮਰਾਨ ਖਾਨ ਦੇ ਜ਼ਮਾਨੇ 'ਚ 2000 ਰੁਪਈਏ ਦੀ ਖਾਦ ਦੀ ਬੋਰੀ ਸੀ ਯੂਰੀਆ ਦੀ ਤਾਂ ਇਹ ਕਿਸੇ ਨੂੰ ਬੜਾ ਕੋ ਖੇਚਲ ਪੈਂਦੀ ਸੀ 500 ਜੀ ਲੱਭ ਜਾਂਦੀ ਸੀ ਉਹ ਵੀ ਸਾਨੂੰ ਗਾਲ੍ਹਾਂ ਬੰਦਾ ਕਰਦੇ ਸਨ ਤੇ ਸਮਝ ਆਉਂਦੀ ਸੀ ਸਾਨੂੰ ਕਿ ਜ਼ਿੰਮੇਦਾਰ ਹੋਰ ਕੀ ਕਰੇ ਉਹਨੂੰ ਗੁੱਸਾ ਚੜਦਾ ਸੀ ਐਸ ਵੇਲੇ ਉਹ ਜਿਹੜੀ ਹੈ 5000 ਰੁਪਏ ਦੀ ਜੇ ਪਰ ਕਣਕ ਦਾ ਰੇਟ ਜਿਹੜਾ ਉਹੀ 3900 ਰੁਪਏ ਆਈ ਜੇ ਡੀਏਪੀ ਉਹ ਡੀਏਪੀ ਦੀ ਜਦੋਂ ਗੱਲ ਕਰਦੇ ਹੋ ਤੇ ਉਹ ਐਸ ਵੇਲੇ ਉਸ ਵੇਲੇ 6 ਤੋਂ 7000 ਰੁਪਏ ਦੀ ਸੀ ਤੇ ਐਸ ਵੇਲੇ 12 ਤੋਂ 14000 ਰੁਪਏ ਦੀ ਜੇ ਤੇ ਕਣਕ ਦਾ ਰੇਟ ਉਹੀ 3900 ਜਿਹੜਾ ਐਸ ਵੇਲੇ 3200 ਚ ਵਿਕਣ ਲਈ ਹੈ ਤੇ ਜੇ ਥੋੜੀ ਜੀ ਸਿੱਲੀ ਹੈ ਤੇ 2600 ਜੀ ਵੇਖਣ ਲਈ ਤੇ ਆੜਤੀ ਆਖਦੇ ਨੇ ਇਹਨ ਇਦੋਂ ਵੀ ਥੱਲੇ ਚਲੇ ਜਾਣਾ ਇਹ ਹੁਣ ਗੰਧਮ ਜਿਹੜੀ ਇਹ ਵਾਫਰ ਸੀ ਪਾਕਿਸਤਾਨ ਦੇ ਵਿੱਚ ਉਸ ਦੇ ਬਾਵਜੂਦ ਆਪਣਾ ਚੂਹਾ ਲੈਣ ਲਾਉਣ ਵਾਸਤੇ ਉਹਨੂੰ 4400 4400 ਰੁਪਏ ਮੰਨ ਦੇ ਹਿਸਾਬ ਨਾਲ ਉਹਨੂੰ ਬਾਹਰੋਂ ਇੰਪੋਰਟ ਕੀਤਾ ਇਹ ਨਹੀਂ ਸੋਚਿਆ ਵੀ ਸਾਡਾ ਜ਼ਿੰਮੇਦਾਰ ਜਿਹੜਾ ਉਹਦੀ ਉਹਦਾ ਲੱਕ ਟੁੱਟ ਜਾਏਗਾ ਥੋੜੇ ਮਹੀਨਿਆਂ ਦੇ ਵਿੱਚ ਉਹਦੀ ਕਣਕ ਵੀ ਆਉਣ ਲੱਗੀ ਦਬਾ ਕੇ ਗੰਧਮ ਬਾਹਰੋਂ ਮੰਗਾਈ ਤੇ ਹੁਣ ਉਹ ਮੁੱਕਣੀ ਨਹੀਂ ਰਹੀ ਜਿਹੜੀ ਬਾਹਰੋਂ ਇੰਨੀ ਮੰਗਾ ਲਈ ਹੈ ਉਹ 4000 ਨੂੰ ਮੰਗਾਈ ਤੇ ਮਿੱਲਾਂ ਨੂੰ ਦਿੱਤੀ 4700 ਤੇ ਉੱਥੇ ਵੀ ਚੂਹਾ ਲਾਇਆ ਵਿੱਚ ਆਪਣਾ ਉਹ ਚੂਹਾ ਲਾਉਣ ਦੀ ਵਜ੍ਹਾ ਤੋਂ ਅੱਜ ਆਟਾ ਜਿਹੜਾ ਉਹ 150 ਰੁਪਏ ਤੋਂ ਵੀ ਉੱਤੇ ਹੋਇਆ ਕਿਲੋ ਦਾ ਆਟਾ ਖਰੀਦਣ ਵਾਲਾ ਵੀ ਮਾੜਾ ਮਰ ਗਿਆ ਪਿੰਡ ਵਾਲਾ ਹੁਣ ਮਰਨ ਡਿਆ ਉਹਦੀ 2600 ਤੇ 3200 ਨੂੰ ਕਣਕ ਚੁਕਣ ਡਏ ਨੇ ਇਹ ਉਹਦੀ 3200 ਨੂੰ ਕਣਕ ਚੁੱਕੀ ਜਾਣੀ ਹੈ ਤੇ ਈਦ ਤੋਂ ਬਾਅਦ ਹੋਰ ਥੱਲੇ ਹੋ ਜਾਣਾ ਰੇਟ ਉਹਨੂੰ ਪੈਸੇ ਇਹਦੇ ਪੂਰੇ ਨਹੀਂ ਮਿਲਣੇ ਇਹ 1 ਕਰੋੜ ਲੋਕ ਨੇ ਤਕਰੀਬਨ ਜ਼ਿਮੀਂਦਾਰ ਜਿਹੜੇ ਨੇ 1 ਕਰੋੜ ਨੇ ਤੇ ਇਹਨਾਂ ਦੇ ਘਰਾਂ ਦੇ ਵਿੱਚ 2-2 4-4 5-5 ਜਾਣਿਆਂ ਦੇ ਹਿਸਾਬ ਨਾਲ ਕੋਈ 6 ਤੋਂ 7 ਕਰੋੜ ਦੀ ਆਬਾਦੀ ਬਣਦੀ ਹੈ ਜਿਹਨੂੰ ਲਮਿਆਂ ਪਾਉਣ ਲੱਗੇ ਹੋ ਸਾਰਿਆਂ ਨੂੰ ਜਿਹਨਾਂ ਲੱਕ ਤੋੜਨ ਲੱਗੇ ਹੋ ਇਹ ਤੁਹਾਡੀਆਂ ਟਿਕਟਾਕਾਂ ਤੇ ਚਲਦੀਆਂ ਹੀ ਰਹਿਣਗੀਆਂ ਨੇ ਤੁਹਾਡੇ ਜਿੰਨੇ ਦੀ ਸਾਡੀ ਪੂਰੇ ਕਿਲੇ ਦੀ ਜਿਹੜੀ ਹੈ ਉਹ ਕਣਕ ਹੁੰਦੀ ਹੈ ਉਹਨੇ ਦੀ ਤੇ ਬਾਜੀ ਜਿਹੜੀ ਉਹ ਇੱਕ ਇੱਕ ਆਪਣੀ ਨੇਲ ਪਾਲਿਸ਼ ਲੈਂਦੀ ਹੈ ਤੁਹਾਨੂੰ ਮੇਰੀ ਗੱਲ ਹਾਸਾ ਲੱਗਣ ਡਿਆ ਹੋਏਗਾ ਪਰ ਇੰਝੀ ਕੀਮਤਾਂ ਜੇ ਜਿਹੜੀਆਂ ਸ਼ਾਮਾਂ ਬਾਜੀ ਵੜਦੀ ਉਹਨਾਂ ਦੀ ਕੀਮਤਾਂ ਇੰਝੀ ਜੇ ਬਹਰਲ ਇਹ ਜਿਹੜੇ ਬੰਦੇ ਨੇ ਇਹ ਇਹਨਾਂ 13 ਕਰੋੜ 60 ਲੱਖ ਦੇ ਕਰੀਬ ਯੂਰੀਆ ਦੀਆਂ ਬੋਰੀਆਂ ਪਾਈਆਂ ਜੇ ਇਹ ਫੀ ਬੋਰੀ ਯੂਰੀਆ ਜਿਹਨਾਂ ਨੇ ਤਕਰੀਬਨ ਕੋ 2000 ਰੁਪਇਆ ਵੱਧ ਵੀ ਦਿੱਤਾ ਹੈ ਇਸ ਹਿਸਾਬ ਨਾਲ ਕੋ 150 ਅਰਬ ਜਿਹੜਾ ਨਾ 150 ਅਰਬ ਅਸੀਂ ਪੰਜਾਬੀ ਵਿੱਚ 150 ਆਖਦੇ ਹਾਂ 150 ਅਰਬ ਜਿਹੜਾ ਨਾ 150 ਅਰਬ ਦਾ ਟੀਕਾ ਇੱਥੇ ਲਗਾ ਜ਼ਿੰਮੇਦਾਰਾਂ ਨੂੰ ਉਸ ਤੋਂ ਗਾਂ ਤੁਰੋ ਏ ਹੁਣ ਜੋ ਕੁਝ ਕਿਸਾਨ ਨੂੰ ਦੇ ਰਹੇ ਨੇ ਜਿਹੜਾ ਕਣਕ ਦਾ ਰੇਟ ਦੇ ਰਹੇ ਨੇ 3200 ਇਹਦੇ ਹਿਸਾਬ ਨਾਲ ਚੱਲਿਆ ਜਾਏ ਤੇ ਕੋ ਤਕਰੀਬਨ ਜਿਹੜਾ ਨਾ ਉਹ 800 ਅਰਬ ਰੁਪਏ ਦਾ ਨੁਕਸਾਨ ਜ਼ਿੰਮੇਦਾਰਾ ਨੂੰ ਹੋਣਾ ਹੈ ਕਿੰਨੇ ਦਾ 800 ਅਰਬ ਦਾ ਅਚਾ ਉਹ ਮੈਂ ਕੈਲਕੂਲੇਟਰ ਪੂਰਾ ਤੇ ਨਹੀਂ ਮਾਰ ਸਕਦਾ ਨਾ ਹੋ ਸਕਦਾ 700 ਦਾ ਹੋਵੇ ਹੋ ਸਕਦਾ 650 ਦਾ ਹੋਵੇ ਇਹ 650 ਤੋਂ 800 ਅਰਬ ਦੇ ਦਰਮਿਆਨ ਇਹ ਜ਼ਿਮੀਦਾਰ ਨੂੰ ਨੁਕਸਾਨ ਹੋਣਾ ਪਿੰਡਾਂ ਦੇ ਜ਼ਿਮੀਦਾਰ ਨੂੰ ਇਹ ਜਿਹੜਾ 1 ਕਰੋੜ ਬੰਦਾ ਉਹਨਾਂ ਦੇ ਖਾਤੇ ਪੈਣ ਡਿਆ ਇਹ ਉਹਨਾਂ ਦੇ ਪੇਟੇ ਲੱਗ ਗਿਆ ਕੰਮ ਸਾਰਾ 1 ਕਰੋੜ ਘਰਾਨਾ ਹੈ ਤੇ ਉਹਦੇ ਉਹਦੇ ਵਿੱਚ 6-7 ਕਰੋੜ ਲੋਕੀ ਨੇ ਤੇ ਹੁਣ ਤੁਸੀਂ ਸੋਚੋ ਵੀ ਜਦੋਂ ਇਹਨਾਂ 6-7 ਕਰੋੜ ਦੇ ਉੱਤੇ ਗੁਰਬਤ ਆਉਣੀ ਹੈ ਤੇ ਇਹਨਾਂ ਦੇ ਵੀ ਤਾਂ ਖਰਚਾ ਕਰਕੇ ਛੇਵਾ ਇਧਰੋਂ ਉਧਰੋਂ ਹੀ ਖਰੀਦਣੀਆਂ ਹੁੰਦੀਆਂ ਹਨਾ ਇਹ ਵੀ ਖਰਚਾ ਨਹੀਂ ਕਰਨਗੇ ਇਹ ਵੀ ਚਪੀਟ ਵੱਟ ਜਾਣਗੇ ਤੇ ਫਿਰ ਜਿਹੜੋਂ ਇਹ ਖਰਚਾ ਨਹੀਂ ਕਰਨਗੇ ਤੇ ਜਿਹੜੇ ਹੋਰ ਕੋਈ ਵਿਚਾਰੇ ਗੁਰਬਤ ਤੋਂ ਥੱਲੇ ਜਿਹੜੇ ਕੋਈ ਹੋਰ 10-12 ਕਰੋੜ ਨੇ ਉਹ ਵੀ ਮਾਰੇ ਗਏ ਉਤਲੇ ਵਾਲੇ ਜਿਹੜੇ ਨੇ ਉਹ ਚਲੋ ਗੁਜ਼ਾਰਾ ਮਜ਼ਾਰਾ ਕਰ ਲੈਣਗੇ ਜਿਹੜੇ 4-5 ਕਰੋੜ ਉੱਤੇ ਵਾਲੇ ਨੇ ਤੇ 1 ਕਰੋੜ ਜਿਹੜਾ ਸਭ ਤੋਂ ਉੱਤੇ ਵਾਲਾ ਉਹਦੀਆਂ ਦੇ ਮੌਜਾਂ ਉਹਦੀਆਂ ਕਾਟੋ ਫੁੱਲਾਂ ਤੇ ਤੇ ਕੁੱਤਾ ਰੂੜੀ ਤੇ ਇਹ ਗੱਲ ਬਣੀ ਖੜੀ ਹੈ ਤੇ ਬਹਰਲ ਮੈਂ ਸਿਰਫ ਤੁਹਾਨੂੰ ਇਹ ਹੀ ਦੱਸਾਂਗਾ ਕਿ ਕਿਸਾਨ ਮਾਰ ਛੱਡਿਆ ਤੇ ਇਸ ਵੇਲੇ 800 ਅਰਬ ਰੁਪਏ ਜਿਹੜੇ ਨੇ ਕਿਸਾਨ ਦੇ ਇਸ ਵੇਲੇ ਜਿਬੋਂ ਇਹਨਾਂ ਕੱਢ ਲੈਣੇ ਨੇ ਸੂਬਾ ਟਿਕਟਾਕ ਤੇ ਚੱਲਣ ਡਿਆ ਮੈਂ ਸ਼ੁਰੂ ਦੇ ਵਿੱਚ ਆਖਿਆ ਤੁਸੀਂ ਪਿੰਡ ਦਾ ਚੌਧਰੀ ਪਰ ਐਸ ਹਸਾਬ ਨਾਲ ਜਦੋਂ 800 ਅਰਬ ਉਹਨਾਂ ਦੀਆਂ ਜੇਬਾਂ ਜੋ ਕੱਢ ਲੈਣਾ ਜੇ ਤਾਂ ਕਾਦੀਆਂ ਚਧਰਾਵਾਂ ਰਹਿ ਜਾਣੀਆਂ ਨੇ ਚੌਧਰੀ ਚੌਧਰੀ ਕੋਈ ਨਹੀਂ ਰਹਿ ਜਾਣੇ ਉਹਨਾਂ ਦੇ ਪਰਨੇਸ਼ਰ ਨੇ ਖੁੱਲ ਜਾਣੇ ਨੇ ਵਿਚਾਰਿਆਂ ਦੇ ਉਹਨਾਂ ਦੇ ਪੱਲੇ ਨਿਆਣੇ ਨੂੰ ਅਿਆਣੇ ਨੂੰ ਮਾਂ ਨੂੰ ਪਿਓ ਨੂੰ ਧੀ ਨੂੰ ਦਵਾਈ ਲੈ ਕੇ ਦੇਣ ਦੇਣ ਜੋਗੇ ਦੇਣ ਜੋਗਾ ਪੱਲਾ ਨਹੀਂ ਰਹਿ ਜਾਣਾ ਉਹਨਾਂ ਦਾ ਤੇ ਚਧਰਾਟਾਂ ਕਿਥੇ ਰਹਿ ਗਈਆਂ ਉਹਨਾਂ ਦੀ ਆ ਜਿਹੜੇ ਵੱਡੇ ਜ਼ਿਮੀਦਾਰ ਨੇ ਚਲੋ ਉਹਨਾਂ ਨੂੰ ੱੱਕਾ ਏਡਾ ਨਹੀਂ ਵੱਜੇਗਾ ਨਾ ਨਿਕਾ ਜ਼ਿੰਮੇਦਾਰ ਹੈ 5 7 8 10 12 ਕਿੱਲਿਆਂ ਤੱਕ ਦਾ ਜ਼ਿੰਮੇਦਾਰ ਹੈ ਉਹਦੀ ਤੇ ਰੇਡ ਮਾਰ ਕੇ ਰੱਖ ਦਿੱਤੀ ਨਾ ਤੁਸੀਂ ਤੇ ਇੱਕ ਪਾਸੇ ਟਿਕਟਾਕ ਚੱਲਣ ਨਹੀਂ ਆਉਣੇ ਤੇ 6 6 8 8 ਫੋਟੋਗ੍ਰਾਫਰ ਲੈ ਕੇ ਗਏ ਅਸੀਂ ਤੇ ਦੂਜੇ ਪਾਸੇ ਧੂ ਪਾ ਦਿੱਤੀ ਹੈ ਜ਼ਿੰਮੇਦਾਰਾਂ ਦੇ ਉੱਤੇ ਅਸੀਂ ਬਾਹਰੋਂ ਇੱਕ ਦੋ ਤੁਹਾਡੀਆਂ ਚਿੱਠੀਆਂ ਵੀ ਨਾਲ ਰੱਖ ਲਈਏ ਇਹ ਗੱਲਾਂ ਤੇ ਕਰ ਲਈਆਂ ਪਰ ਕਿਉਂਕਿ ਤੁਹਾਡੀਆਂ ਚਿੱਠੀਆਂ ਵੀ ਰੱਖਣੀਆਂ ਹੁੰਦੀਆਂ ਨੇ ਤੇ ਮੈਂ ਇਸੇ ਤੋਂ ਤੁਹਾਨੂੰ ਆਖਿਆ ਕਿ ਪੈਗਾਮ ਜ਼ਰੂਰ ਛੱਡਿਆ ਕਰੋ ਚਿੱਠੀਆਂ ਜ਼ਰੂਰ ਛੱਡਿਆ ਕਰੋ ਤੁਸੀਂ ਤਾਂ ਸਵਾਦ ਲੈਂਦੇ ਹੋ ਨਾ ਮੇਰੀ ਗੱਲ ਸੁਣ ਕੇ ਮੈਂ ਵੀ ਤਾਂ ਸਵਾਦ ਲੈਣਾ ਹੁੰਦਾ ਤੇ ਉਹ ਮੈਨੂੰ ਆਉਂਦਾ ਜਦੋਂ ਮੈਂ ਤੁਹਾਡੀ ਗੱਲ ਪੜ੍ਹਨਾ ਐ ਇਹ ਸਾਡੀ ਭੈਣ ਹੈ ਕੋਈ ਸੀਮੀ ਜੀ ਇਹਨਾਂ ਨੇ ਚੜ੍ਹਦੇ ਪੰਜਾਬ ਤੋਂ ਇਹ ਸਾਨੂੰ ਚਿੱਠੀ ਕੱਲੀ ਹੈ ਸੀਮੀ ਜੀ ਆਖਦੇ ਨੇ ਕਿ ਗਿੱਲ ਵੀਰ ਜੀ ਸਤਸ੍ਰੀ ਅਕਾਲ ਤੇ ਸਲਾਮ ਉਹਨਾਂ ਆਖਿਆ ਜੀ ਤੁਹਾਡੇ ਕੋਲੋਂ ਰਿਕੁਐਸਟ ਇਹ ਹੈ ਕਿ ਜਦੋਂ ਤੁਹਾਡੀ ਹਕੂਮਤ ਆਏ ਤੇ ਉਦੋਂ ਤੁਸੀਂ ਪਾਕਿਸਤਾਨ 'ਚ ਵੀ ਪੰਜਾਬੀ ਜਿਹੜੀ ਹੈ ਨਾ ਉਹਨੂੰ ਲਾਗੂ ਕਰਨੀ ਆ ਉਧਰ ਪੜਾਉਂਦੇ ਨੇ ਚੜ੍ਹਦੇ ਪੰਜਾਬ 'ਚ ਪੜਾਉਂਦੇ ਨੇ ਪਿਛਲੇ ਦਿਨਾਂ 'ਚ ਮੈਂ ਤੁਹਾਨੂੰ ਦੱਸਿਆ ਸੀ ਵੀ ਮੂਰਖ 90 ਫੀਸਦ ਫੇਲ ਹੋ ਗਏ ਸਨ ਪੰਜਾਬੀ 'ਚ ਇਧਰ ਵੀ ਮਾਮਲਾ ਹੋ ਜਾਈ ਹੁਣਾ ਪਰ ਵੇਖਦੇ ਕੀ ਬਣਦਾ ਬਾਹਰ ਇਹਨਾਂ ਦੀ ਗੱਲ ਠੀਕ ਹੈ ਪਛਤੋ ਵੀ ਪੜਾਉਣੀ ਚਾਹੀਦੀ ਏ ਜਿਹੜੇ ਉੱਥੋਂ ਦੇ ਲੋਕ ਨੇ ਉਹਨਾਂ ਨੂੰ ਸਿੰਧੀ ਵੀ ਪੜਾਉਣੀ ਚਾਹੀਦੀ ਬਲੋਚੀ ਵੀ ਪੰਜਾਬੀ ਵੀ ਕਸ਼ਮੀਰੀ ਵੀ ਗਿਲਗਿਤ ਬਲਦੇ ਇਹ ਜਿਹੜੀਆਂ ਆਪਣੀਆਂ ਜ਼ੁਬਾਨਾਂ ਨੇ ਨਾ ਇਹ ਮੁਕੜੀਆਂ ਨਹੀਂ ਚਾਹੀਦੀਆਂ ਕੋਈ ਵੀ ਜ਼ੁਬਾਨ ਹੋਵੇ ਇਹ ਹੌਸਲ ਹੁੰਦਾ ਉਸ ਇਲਾਕੇ ਦਾ ਇਹ ਬਿਲਕੁਲ ਸਾਡੀ ਭੈਣ ਜਿਹੜੀ ਇਹਦੀ ਗੱਲ ਦਰੁਸਤ ਹੈ ਤੇ ਉਹ ਅਸੀਂ ਜਨਾਬ ਬਿਲਕੁਲ ਇਹ ਲਖਨਊ ਦੀ ਬੋਲੀ ਉਹ ਵੀ ਚੰਗੀ ਹੈ ਉਰਦੂ ਉਹ ਵੀ ਮਾੜੀ ਗੱਲ ਨਹੀਂ ਪਰ ਪੰਜਾਬੀ ਵੀ ਚੱਲਣੀ ਚਾਹੀਦੀ ਇਹਨੂੰ ਮਾਰਤ ਨਹੀਂ ਦੇਣਾ ਚਾਹੀਦਾ ਤੇ ਉਹਨਾਂ ਆਖਿਆ ਬਾਕੀ ਤੁਸੀਂ ਸਿਆਣੇ ਹੋ ਤੇ ਰੱਬ ਰੱਖਾ ਬਿਲਕੁਲ ਜੀ ਇਹ ਤੁਹਾਡੇ ਨਾਲ ਅਸੀਂ ਸਹਿਮਤ ਹਾਂ ਤੇ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਜਦੋਂ ਰੱਬ ਨੇ ਹੱਥ ਫੜਾਇਆ ਤੇ ਕੋਈ ਇਹੋ ਜਿਹਾ ਮੌਕਾ ਆਇਆ ਅਗਲਾ ਕਮੈਂਟ ਬੜਾਈ ਜ਼ਬਰਦਸਤ ਹੈ ਜੀ ਮੁਹੰਮਦ ਫੈਸਲ ਸਾਹਿਬ ਨੇ ਕੀਤਾ ਕੱਲ ਮੁਹੰਮਦ ਇੰਤਜ਼ਾਰ ਸਾਹਿਬ ਨੇ ਸਾਨੂੰ ਇੱਕ ਕਮੈਂਟ ਕੀਤਾ ਸੀ ਉਹਨਾਂ ਆਖਿਆ ਸੀ ਵੀ ਪੂਰੇ ਪਿੰਡ ਵਾਲੇ ਅਸੀਂ ਇਕੱਠੇ ਬੈਹਿ ਕੇ ਤੁਹਾਡਾ ਵੀਲੌਗ ਸੁਣਦੇ ਹਾਂ ਤੇ ਮੈਂ ਆਖ ਬੈਠਾ ਸੀ ਅੱਗੋਂ ਹੈ ਮੇਰੀ ਗਲਤੀ ਮਾਫੀ ਮੰਗਦਾ ਹਾਂ ਉਸ ਤੋਂ ਮੈਂ ਹੁਣ ਮੈਨੂੰ ਸਮਝ ਆ ਗਈ ਹੈ ਪੂਰੀ ਇਹ ਮੁਹੰਮਦ ਫੈਸਲ ਸਾਹਿਬ ਦਾ ਤੇ ਦੂਜੇ ਸੱਜਣਾ ਦਾ ਜਿਹੜਾ ਅਲੀ ਹਾਦਰ ਖਾਨ ਸਾਹਿਬ ਦਾ ਜਿਹੜਾ ਨਾ ਇੱਕ ਕਮੈਂਟ ਪੜ੍ਹ ਕੇ ਤਾਂ ਮੈਨੂੰ ਸਮਝ ਆ ਗਈ ਵੀ ਮੈਂ ਗੱਲ ਗਲਤ ਕਰ ਦਿੱਤੀ ਸੀ ਮੈਂ ਆਖਿਆ ਸੀ ਵੀ ਆਪਣੇ ਪਿੰਡ ਦਾ ਚੱਕ ਦਾ ਜ਼ਿਲ੍ਹੇ ਦਾ ਤਹਿਸੀਲ ਦਾ ਪੂਰਾ ਸਰਨਾਮਾ ਕਹ ਲਿਆ ਕਰੋ ਪਤਾ ਲੱਗੇ ਕਿਹੜਾ ਬੰਦਾ ਕਿੱਥੋਂ ਗੱਲ ਕਰਦਾ ਸਰਨਾਮਾ ਆਂਦੇ ਨੇ ਐਡਰੈਸ ਨੂੰ ਪਤੇ ਨੂੰ ਉਹ ਜਿਹੜੀ ਗੱਲ ਮੁਹੰਮਦ ਫੈਸਲ ਸਾਹਿਬ ਨੇ ਕੀਤੀ ਹੋਣਾ ਗੱਲ ਹੀ ਮੁਕਾਤੀ ਹੋਣਾ ਕਿ ਆ ਗਿਲ ਸਾਹਿਬ ਤੁਹਾਡੀ ਸਲਾਹ ਹੈ ਕਿ ਇੰਤਜ਼ਾਰ ਸਾਹਿਬ ਪਿੰਡ ਦਾ ਨਾਮ ਦੱਸਣ ਤੇ 9 ਮਈ ਵਾਲਿਆਂ ਨੂੰ ਉਹ ਮਤਲਬ ਚੌਰੀ ਨizamdin ਦੀ ਗੱਲ ਕਰਨ ਡਿਆ ਉਹ ਕਹਿੰਦਾ ਕਿ 9 ਮਈ ਵਾਲੇ ਜਿਹੜੇ ਨੇ ਉਹ ਸਿੱਧੇ ਪਿੰਡ ਆਪੜ ਜਾਣ ਤੇ ਫਿਰ ਪੂਰਾ ਹੀ ਪਿੰਡ ਪ੍ਰੈਸ ਕਾਨਫਰੰਸ ਕਰਦਾ ਫਿਰੇ ਗੱਲ ਠੀਕ ਹੈ ਤੁਹਾਡੀ ਵਟ ਕੱਢ ਦੇਣਾ ਪਿੰਡ ਵਾਲਿਆਂ ਦੇ ਐਵੇਂ ਹੀ ਇਹ ਗੱਲ ਤੁਹਾਡੀ ਠੀਕ ਹੈ ਵੀ ਮੈਂ ਵਾਪਸ ਲੈਣਾ ਕੋਈ ਦੱਸਣ ਦੀ ਗੱਲ ਨਹੀਂ ਬਲਕਿ ਜਿਹੜਾ ਜਿਹੜਾ ਬੰਦਾ ਕੋ ਤੁਹਾਨੂੰ ਲੱਗੇ ਨਾ ਵੀ ਚੌਧਰੀ ਨਿਜ਼ਾਮਦੀਨ ਦੇ ਬੜਾ ਕਰੀਬ ਹੈ ਜਾਂ ਨਵਾਜ਼ ਸ਼ੀਬ ਦੇ ਬੜਾ ਕਰੀਬ ਹੈ ਉਹਦਾ ਨਾਂ ਤੇ ਉਹਦੇ ਪਿੰਡ ਦਾ ਐਡਰੈਸ ਦੱਸਿਆ ਕਰੋ ਇੱਥੇ ਤੇ ਮੈਂ ਪੜਦਿਆ ਕਰਾਂਗਾ ਆਪੇ ਫਿਰ ਪੁਲਿਸ ਉੱਥੇ ਪਹੁੰਚ ਜਾਏਗੀ ਫਿਰ ਜੱਟ ਜਾਣੇ ਤੇ ਵਿਜੂ ਆਪੇ ਉਹ ਨਿਬੜਦੇ ਫਿਰਨਗੇ ਤੇ ਤੁਸੀਂ ਆਪਣਾ ਐਡਰੈਸ ਨਹੀਂ ਦੱਸਣਾ ਅਗਲੀ ਗੱਲ ਅਲੀ ਹਦਰ ਖਾਨ ਸਾਹਿਬ ਨੇ ਆਖੀ ਹੋਣਾ ਕਿ ਗਿਲ ਸਾਹਿਬ ਅੱਲਾ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ਸ਼ਾਦ ਰੱਖੇ ਅੱਛਾ ਜੀ ਤੁਹਾਨੂੰ ਵੀ ਰੱਖੇ ਵੀ ਲੌਗ ਬਗੈਰ ਕਿਸੇ ਨਾਗੇ ਤੋਂ ਰੋਜ਼ ਅਸੀਂ ਸੁਣਦੇ ਆ ਸੱਚੀਆਂ ਤੇ ਖਰੀਆਂ ਖਬਰਾਂ ਲੱਭਦੀਆਂ ਨੇ ਤੇ ਲੇਕਿਨ ਇਹਨਾਂ ਨੇ ਆਪਣਾ ਥੱਲੇ ਦੱਸਿਆ ਜਿਹੜਾ ਆਪਣਾ ਪਿੰਡ ਦੱਸਿਆ ਵਸਦੇ ਰੋ ਕਹੇ ਕਿ ਉਹਨਾਂ ਕਹਿੰਦੇ ਤਹਿਸੀਲ ਫਤਿਹਜੰਗ ਜ਼ਿਲ੍ਹਾ ਅਟਕ ਤੇ ਕੈਮਲਪੁਰੇ ਦਾ ਨਾਮ ਸੀ ਪੁਰਾਣਾ ਤੁਹਾਨੂੰ ਪਤਾ ਜਿਵੇਂ ਲਾਲਪੁਰ ਫੈਸਲਾਬਾਦ ਦਾ ਸੀ ਤੇ ਅਟਕ ਪਹਿਲਾਂ ਕੈਮਲਪੁਰ ਸੀ ਇਹਨਾਂ ਆਖਿਆ ਪਿੰਡ ਦਾ ਨਾਮ ਐ ਨਹੀਂ ਦੱਸਦਾ ਕਿੰਦੇ ਫੜੇ ਹੀ ਨਾ ਜਾਈਏ ਬੜਾ ਸਿਆਣਾ ਹੈ ਵੀ ਤੂੰ ਅਲੀਆਦਰ ਖਾਨ ਬੜਾਈ ਸਿਆਣਾ ਹੈ ਵੀ ਮੈਨੂੰ ਨਹੀਂ ਸੀ ਪਤਾ ਤੂੰ ਐਡਾ ਸਿਆਣਾ ਹੈ ਬਹਰਲ ਗੱਲ ਠੀਕ ਹੈ ਭਰਾ ਮੇਰਿਆ ਮੇਰੇ ਕੋਲੋ ਗਲਤੀ ਹੋਈ ਸੀ ਮੈਂ ਮਾਫਰਤ ਚਾਹਉਨਾ ਚੜ੍ਹਦੇ ਪੰਜਾਬ ਵਾਲੇ ਪੂਰਾ ਨਾਮ ਲਿਖਣ ਕਿ ਉੱਥੇ ਅਜੇ ਮੋਦੀ ਸਾਹਿਬ ਨੇ ਹੱਥ ਜਿਹੜਾ ਹੈ ਉਹ ਅਜੇ ਤੱਕ ਸਿਰਫ ਮੋਦੀ ਸਾਹਿਬ ਨੇ ਉੱਥੇ ਲੱਠ ਸਿਰਫ ਤੱਕ ਕੇਜਰੀਵਾਲ ਸਾਹਿਬ ਤੱਕ ਚੁੱਕੀ ਏ ਤੇ ਆਪ ਪਾਰਟੀ ਦੇ ਜਿਹੜੇ ਉੱਥੇ ਨੇਤਾ ਨੇ ਨਾ ਮੰਨੇ ਪਰ ਮੰਨੇ ਉਹਨਾਂ ਨੂੰ ਹੀ ਝੁਕ ਰਿਹਾ ਮੋਦੀ ਅਜੇ ਤੱਕ ਪੰਜਾਬ ਦੇ ਜਿਹੜੇ ਆਮ ਜੱਟ ਬੂਟ ਬੰਦੇ ਨੇ ਉਹਨਾਂ ਵਾਲੇ ਪਾਸੇ ਨੂੰ ਅਜੇ ਨਹੀਂ ਪਰ ਆਸ پاسੇ ਜਰਾ ਮਾਮਲਾ ਥੋੜਾ ਜਿਹਾ ਸਖਤ ਹੈ ਤੇ ਫਿਰ ਜਿਨੇ ਵੀ ਐਡਰੈਸ ਲਿਖਣਾ ਜਾਂ ਚੜ੍ਹਦੇ ਪੰਜਾਬ ਦਾ ਲਿਖ ਦਿਆ ਕਰੋ ਤੇ ਜਾਂ ਫਿਰ ਕਿਸੇ ਨੂਨ ਵਾਲੇ ਦਾ ਲਿਖ ਦਿਆ ਕਰੋ ਤਾਂ ਕਿ ਪੁਲਿਸ ਜਾਣੀ ਹੈ ਤੇ ਉੱਥੇ ਜਾਵੇ ਆ ਚੜ੍ਹਦੇ ਪੰਜਾਬ ਵਾਲੇ ਲਿਖ ਸਕਦੇ ਨੇ ਅੱਛਾ ਜੀ ਅਗਲੀ ਜਿਹੜੀ ਹੈ ਨਾ ਅਗਲਾ ਅਲੀ ਸ਼ਾਹ ਸਾਹਿਬ ਨੇ ਕਿਹਾ ਉਹਨਾਂ ਨੇ ਕਿਹਾ ਗਿਲ ਸਾਹਿਬ ਪਿੰਡ ਦਾ ਨਾਮ ਦੱਸ ਕੇ ਬੰਦਾ ਮਾਰਿਆ ਜਾਏਗਾ ਤੁਸੀਂ ਸਾਨੂੰ ਕੀ ਚਕਵਾਣਾ ਹੈ ਜੇ ਚੌਧਰੀ ਨਿਜ਼ਾਮਦੀਨ ਦੇ ਕੋਲੋਂ ਪੂਰਾ ਪਿੰਡ ਹੀ ਚੁੱਕ ਲੈਣਾ ਆਗਲਿਆਂ ਨੇ ਆਹੋ ਇਹ ਗੱਲ ਠੀਕ ਹੈ ਪਿਛਲੇ ਦਿਨੋਂ ਹੀ ਅਸੀਂ ਗੱਲ ਕਰਨ ਡਏ ਸਾਂ ਕਿ ਇਸ ਵੇਲੇ ਤੇ ਪਾਕਿਸਤਾਨ ਦਾ ਜਿਹੜਾ ਨਾਰਾ ਉਹ ਚੱਕ ਲੋ ਹੀ ਬਣਿਆ ਹੋਰ ਕੋਈ ਗੱਲ ਨਹੀਂ ਹੈ ਆਖਰੀ ਗੱਲ ਸਾਡੀ ਭੈਣ ਨੇ ਕੀਤੀ ਏ ਇਹਨਾਂ ਦਾ ਹੁਣ ਨਾਂਤ ਨਹੀਂ ਹੈਗਾ ਪਰ ਸਿਆਣੀ ਗੱਲ ਇਹਨਾਂ ਦਾ ਨਾਂ ਨਹੀਂ ਸਪਰਿੰਗ ਹੀ ਹੈ ਕੋਈ ਉਹਨਾਂ ਨੇ ਕਿਹਾ ਮੇਰੀ ਸਾਸ ਕੋ ਆਪ ਦਾ ਵੀਲੌਗ ਬੜਾ ਪਸੰਦ ਹੈ ਆਪकी ਪੰਜਾਬੀ ਸੁਣ ਕੇ ਬੜੀ ਖੁਸ਼ ਹੁੰਦੀ ਹੈ ਉਹ ਪੰਜਾਬੀ ਦਾ ਗਾਣਾ ਹੈ ਨਾ ਨਹੀਂ ਮੈਂ ਸਸ ਕਟਣੀ ਕਟਣੀ ਸੰਦੂਕਾ ਓਲੇ ਇਹ ਹੁਣ ਮੈਨੂੰ ਪਤਾ ਨਹੀਂ ਮੇਰੀ ਇਹ ਭੈਣੇ ਦਿਲ ਤੇਰਾ ਕੀ ਕਰਦਾ ਵੀ ਤੂੰ ਸੱਸ ਕੁੱਟਣੀ ਐ ਤੇ ਕੁੱਟਣੀ ਵੀ ਸੰਦੂਕਾਂ ਉਹਲੇ ਐ ਤੇ ਨਾ ਮੇਰੇ ਵੀਲੌਗ ਤੇ ਲੱਗਾ ਮੈਨੂੰ ਇਹ ਲੱਗਦਾ ਹੈ ਵੀ ਇਹ 20 ਮਿੰਟ ਜੀਆਂ 15 ਮਿੰਟ ਜਿਹੜੇ ਮੇਰੇ ਵੀਲੌਗ ਦੇ ਹੁੰਦੇ ਨੇ ਨਾ ਇਹ ਸੱਸ ਨੂੰ ਆਰੇ ਲਾ ਕੇ ਤੇ ਮੇਰੀ ਭੈਣ ਘੜੀ ਅੱਖ ਜਿਹੜੀ ਨਾ ਆਪਣੀ ਅੱਖ ਲਾ ਲੈਂਦੀ ਹਣੀ ਐ ਕਿਉਂਕਿ ਸੱਸ ਕਿਸੇ ਨਾ ਕਿਸੇ ਕੰਮ ਨੂੰ ਤੈਨੂੰ ਤੋਰੀ ਰੱਖਦੀ ਹਣੀ ਐ ਭੈਣ ਮੇਰੀ ਏ ਤੇ ਤੇਰਾ ਦਿਲ ਇਹ ਹੋਣਾ ਵੀ ਚਲੋ ਸੱਸ ਸਾਡੀ ਤੇ ਮਾਂ ਹੀ ਲੱਗਦੀ ਐ ਕੋਈ 15 20 ਮਿੰਟ ਚੁੱਪ ਰਹਿੰਦੀ ਉਹਦਾ ਧਿਆਨ ਕੰਮ ਤੋਂ ਵਟਦਾ ਹੈ ਤੇ ਚਲੋ ਆਪਣੇ ਪੁੱਤਰ ਦਾ ਵੀ ਲੌਗ ਸੁਣ ਲੈਂਦੀ ਹੈ ਤੇ ਮੇਰੀ ਭੈਣ ਦਾ ਵੀ ਕੰਮ ਸਿੱਧਾ ਹੋ ਜਾਂਦਾ ਲੱਗਦੀ ਮੈਨੂੰ ਇਹੋ ਜੀ ਗੱਲ ਬਹਰ ਮਖੌਲ ਕਰਨ ਰਿਆਂ ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਇਹ ਖਤ ਪੱਤਰ ਲਿਖਿਆ ਤੇ ਸਾਨੂੰ ਫੀਡਬੈਕ ਦਿੱਤੀ ਹੈ ਵਸਦੇ ਰਹੋ ਤੇ ਪਿੰਡ ਦੇ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਆਸਤੇ ਆਵਾਜ਼ ਚੁੱਕੋ ਤੇ Eid ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਜ਼ਿੰਮੇਦਾਰ ਸੜਕਾਂ ਤੇ ਆਉਣ ਲੱਗੇ ਨੇ ਇਹ ਕੰਮ ਸੜਕਾਂ ਤੇ ਆਏ ਮੁਕਣਾ ਉਂਝ ਨਹੀਂ ਮੁਕਣਾ ਲਓ ਫਿਰ ਹੁਣ ਮੈਨੂੰ ਇਜਾਜ਼ਤ ਦਿਓ ਤੇ ਰੱਬ ਰਾਖਾ